ਲਾਤੇ ਲਾਤੇ ਸਬਰ ਨੂੰ ਵੀ ਆ ਕੱਪੜੇ ਪਸੰਦ ਨਹੀਂ ਆਏ, ਕਹਿੰਦੀ ਮੈਨੂੰ ਗਰਮੀ ਲੱਗਦੀ ਆ, ਆ ਕਾਟਨ ਦਾ ਪਾ ਦਈਏ, ਪਸੰਦ ਆ ਪਸੰਦ ਆ, ਯੈਸ ਯੈਸ ਯੈਸ, ਸਬਰ ਨੂੰ ਕੱਪੜੇ ਪਾ ਦਈਏ, ਪਾਦੀ 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 ਪਾਦੀ। ਸੋ ਅੱਜ ਗੱਡੀ ਮੈਂ ਚਲਾ ਰਹੀ ਚਲਾਉਣ ਲੱਗੀ ਹਾਂ, ਤੇ ਅੱਜ ਗੁਰਜੀਤ ਇੱਕ ਡਿਊਟੀ ਤੇ ਰਹੇ। ਸਬਰ ਨੂੰ ਭੁੱਖ ਲੱਗ ਵੀ ਗੱਡੀ ਚ ਪੈਂਦੇ ਆ, ਸਬਰ ਮੈਂ ਹੁਣ ਵੇਟ ਕਰ ਰਿਹਾ, ਸਬਰ ਦੁੱਧ ਪੀ ਲਿਆ ਆਰਾਮ ਨਾਲ ਆਪਣੀ ਸੀਟ ਤੇ ਬਹਿ ਜੇ, ਫਿਰ ਚੱਲੂਗੇ। ਸਕੂਲ ਸ਼ੁਰੂ ਹੋਣ ਤੋਂ ਪਹਿਲੇ ਟਿਫਨ ਖੋਲ ਲਿਆ, ਮੈਨੂੰ ਭੁੱਖ ਲੱਗ ਗਈ। ਹੁਣ ਅੱਜ ਗੁਰਜੀਤ ਡਿਊਟੀ ਨਿਭਾ ਰਹੇ ਨੇ ਪੂਰੀ ਪੂਰੀ ਡਿਊਟੀ, ਹੁਣ ਸਬਰ ਦੁੱਧ ਪੀਏਗੀ ਆਰਾਮ ਨਾਲ, ਫਿਰ ਅਸੀਂ ਜਾਵਾਂਗੇ ਮੰਮੀ। ਐਸ ਯੂਜੁਅਲ ਸਬਰ ਸੌਂ ਗਈ ਆ, ਹੁਣ ਅਸੀਂ ਆਏ ਹਾਂ ਸ਼ਾਮ ਜੁਵਲਰਸ, ਫਾਈਨਲੀ ਆਪਾਂ ਕੁਛ ਲਵਾਂਗੇ, ਹੈ ਨਾ। ਉਹ ਕਿਡ ਸੈਕਸ਼ਨ ਚ ਖਲੋਗੀ, ਸਬਰ ਨੇ ਆਪਣੇ ਲਈ ਆਪ ਹੀ ਰੋਕ ਲਿਆ, ਠੀਕ ਆ ਮਾਤਾ। ਤੇ ਫਾਈਨਲੀ ਆਪਾਂ ਅੱਜ ਆਪਣੇ ਮੇਰੇ ਭਰਾ ਦੇ ਵਿਆਹ ਦੇ ਲਈ ਜੁਵਲਰੀ ਲਵਾਂਗੇ। ਸਬਰ ਦੀ ਕੰਟੀਨਿਊਟੀ ਬਰਕਰਾਰ ਆ, ਐਸ ਯੂਜੁਅਲ ਪਿਛਲੇ ਲੋਕ ਚ ਤੁਸੀਂ ਦੇਖਿਆ ਹੋਣਾ ਸੁੱਤੀ ਹੋਣੀ ਸੁੱਤੀ ਆ। ਇਹ ਉਹ ਪਾ ਗਏ ਫੋਰਥ ਫਲੋਰ। ਹਾਂ ਜੀ ਮਾਤਾ, ਕੀ ਲੈਣਾ ਦੱਸੋ, ਸੋਹਣਾ 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 ਹਾਂਜੀ ਆਪਾਂ ਕਹਿ ਰਹੀਏ ਸ਼ੁਰੂ, ਤੁਹਾਨੂੰ ਨੀ ਲੱਗਦਾ ਸ਼ੋਪਿੰਗ ਸ਼ੋਪਿੰਗ ਹੋਇਆ ਕੁਝ ਫਾਈਨਲਾਈਜ਼ ਹੋ ਗਏ ਤਰੱਕੀਆਂ ਤੇ ਕੰਮ ਸਬਰ ਨੇ ਬਈ ਕੁਰਸੀ ਮੱਲ ਲਈ ਆ। ਸਬਰ ਕਰਦੀ ਹੈ ਗੱਲਾਂ, ਅੱਧ ਬਹੁਤ ਜ਼ੋਰ ਲਾ ਰਹੀ ਹੈ, ਇਹ ਬੁਲਾ ਰਹੀ ਹੈ ਭਾਜੀ ਨੂੰ, ਇੱਕ ਉੱਤੇ ਦੇਖ ਰਿਹਾ ਬੱਚਾ, ਉਹ ਉੱਥੇ ਬੈਠਾ ਬਈ, ਉਹ ਜਵਾਕੜੀ ਜੀ ਸੀ। ਓਏ ਨਵੇਂ ਫਰੈਂਡ ਬਣਾ ਲਈਏ ਸਬਰ ਨੇ, ਹੈ ਸਬਰ ਕਿੰਨਾ ਖੁਸ਼ ਹੁੰਦੀ ਹੈ ਦੇਖ ਕੇ। ਅਤੇ ਬਾਲ ਬੋਲੇ ਹਿੱਲਦੇ ਨਾ, ਬੱਚਿਆਂ ਦੇ ਮਾਸਟਰ ਗੋ ਐਂਡ ਥੈਂਕਸ ਟੂ ਮਿਸਟਰ ਰੋਹਿਤ, ਵਧੀਆ ਡੀਲ ਕੀਤਾ ਇਹਨਾਂ ਦੇ ਨਾਲ, ਸਿਸਟਮ ਸੀਗੇ ਬਾਈ ਬਹੁਤ ਚੀਕਾਂ ਮਾਰੀਆਂ। ਚਲੋ ਹੁਣ ਫਾਈਨਲੀ ਆਪਾਂ ਹੁਣ ਜੇਬ ਖਾਲੀ ਕਰਨੀ।
ਸਬਰ ਦੀ ਨੀਂਦ ਵੀ ਪੂਰੀ ਹੋ ਗਈ ਤੇ ਅੱਜ ਖਰਚਾ ਵੀ ਪੂਰਾ ਕਰ ਲਿਆ ਦੋ ਬੈਗ ਚੱਕੀ ਕਰਦੇ ਹਾਂ ਅਸੀਂ ਅੱਜ ਆਪਾਂ ਖਰਚਾ ਤੇ ਬਹੁਤ ਕਰ ਲਿਆ ਕਿੰਨੇ ਲੱਖ ਦਾ ਛੱਡੋ ਪਰ ਇਹ ਜੱਗਣਾ ਕਿਤੇ ਕੁਝ ਬਣਾ Bye-bye. ਮੈਂ ਤਾਂ ਸਮਾਨ ਕੱਢ ਕੇ ਤੁਹਾਨੂੰ ਵਧੀਆ ਨਹੀਂ ਪਤਾ ਮੰਮੀ ਪਾਲੋ ਕੋਈ ਟੈਨਸ਼ਨ ਨਹੀਂ ਲਫਾਫਿਆਂ ਦੀ ਤੁਸੀਂ ਵੀ ਪਾਲੋ ਕਰਦੇ ਦੇਖੋ ਸਮਾਨ ਅਸੀਂ ਸਾਰਾ ਪਾਪ ਹੋਈ ਦੇਖੀ ਸਮਾਨ ਅਸੀਂ ਸਾਰਾ ਪਾ ਲਿਆ ਇਸ ਕਰਕੇ ਸਾਨੂੰ ਕੋਈ ਟੈਨਸ਼ਨ ਨਹੀਂ ਲਫਾਫਿਆਂ ਦੀ ਮੰਮੀ ਜਿਹੜੀ ਰਹਿੰਦੀ ਥੋੜੀ ਜਿਹੀ ਚੀਜ਼ਾਂ ਦੇ ਪਾ ਲਓ ਆਹ ਬਿਲਕੁਲ ਦੇਖ ਸਮਾਨ ਰੈਡੀ ਆ ਚੱਲੀਏ ਆਪਾਂ ਚਲੋ ਮੰਮੀ ਮੈਂ ਮੂੰਹ ਢੱਕ ਲਾ ਪਹਿਲਾਂ ਵਧੀਆ ਜਲਦੀ ਬੁਰਾ ਹਾਲ ਹੈ ਮਿੱਠੂ ਮਿੱਠੂ ਆਪਾਂ ਘੁੰਮਦੇ ਹਾਂ ਮਾਰਕੀਟ ਦੇ ਵਿੱਚ ਮੰਮੀ ਪਿੱਛੇ ਪਿੱਛੇ ਸਭ ਮੋਮੋ ਕਮਰ ਬਹੁਤ ਕੈਮਰਾ ਦੇਖਦੀ ਹੁਣ ਤੁਸੀਂ ਗੱਡੀ 'ਚ ਬੈਠੋ ਮੈਂ ਫਿਰ ਲੈ ਕੇ ਆਇਆ ਓਕੇ ਬੱਚੋ 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 ਸਬਰ ਕੋਕੋਨਟ ਡਰਿੰਕਿੰਗ ਹੋ ਰਿਹਾ ਹੈਗਾ ਹਨੇਰਾ ਭਰਪੂਰ ਹਨੇਰਾ ਥੋੜਾ ਜਿਹਾ ਲਾਈਟ ਆ ਰਹੀ ਹਾਂਜੀ ਜਦੋਂ ਘਰ ਨੂੰ ਚਿਰ ਸੋਈ ਹੁੰਦੀ ਹੈ ਤੁਹਾਨੂੰ ਵੀ ਨੀਂਦ ਕਰਾ ਲਈਏ ਫਿਰ ਆਪਾਂ ਫਾਈਨਲੀ ਆਪਾਂ ਘਰ ਪਹੁੰਚ ਗਏ ਅਤੇ ਬੜੀ ਭੁੱਖ ਲੱਗੀ ਆ ਅਤੇ ਬਣਾਉਣ ਲੱਗਿਆ ਕਿਹਨੂੰ ਲੂਣ ਵਾਲੇ ਚੌਲ ਪੰਜਾਬੀ ਨਮਕੀਨ ਚੌਲ ਬਣਾਉਣ ਲੱਗਿਆ ਉਹਦੇ ਵਿੱਚ ਅੱਜ ਸ਼ੁਰੂ ਕੀਤਾ ਹੋਇਆ ਕੰਮ ਹੁਣ ਅਸੀਂ ਘੁੰਮ ਫਿਰ ਕੇ ਆ ਗਏ ਸਭ ਲੱਗੀ ਅਸੀਂ ਭੁੱਖ ਅਤੇ ਮੈਂ ਬਣਾ ਕੇ ਪਲਾਓ ਮਤਲਬ ਚੌਲ ਲੂਣ ਵਾਲੇ ਚੌਲ ਆਲੂ ਪਾ ਕੇ ਅਤੇ ਆ ਪਾ ਕੇ ਕੀ ਕਹਿੰਦੇ ਇਹਨਾਂ ਨੂੰ ਮੰਮੀ ਕੀ ਕਹਿੰਦੇ ਕੌਨਸ ਚੌਲ ਬਸ ਚੌਲ ਪੈ ਗਏ ਕੋਈ ਨੀ ਰਵੀ ਕਰ ਦਿੰਦੀ ਟਮਾਟਰ ਪਾਉਣਾ ਭੁੱਲ ਗਏ ਮੰਮੀ ਨੇ ਕੱਟੇ ਕੱਟੇ ਰਹਿ ਗਏ ਉਹ ਹੁਣ ਪਾਏ ਆ ਦਿਖਾਉਣੇ ਤੁਹਾਨੂੰ ਫਿਰ ਅੱਧੇ ਪਾਤੇ ਬਸ ਹੁਣ ਟਮੈਟੋ ਪਾਏ ਆ ਬਿਲਕੁਲ ਘੱਟ ਗਿਆ ਇਸਤੇ ਮੈਨੂੰ 15 ਮਿੰਟ ਬਣ ਦੇਣੇ ਲਾਦਾ ਬਣ ਗਏ ਮੰਮੀ
ਪੋਣਾ ਦੇ ਚੱਕਰ ਨੂੰ ਫਰੰਟ ਕਰ ਲੋ ਇੱਕ ਤੇਰਿਆ ਇੱਕ ਨੇਰਿਆ ਉਹਦੇ अरे भाई हमको भी खाना दो वरना हमें सबर खाना पड़ेगा खाने बड़े स्वाद लगते कुलजीत सिंह रात हो गई रेस्ट कर लगे ते मैडम नु तो बस चार चढ़ के मैं खेडी हो जावा पता नहीं की करके आई है घूम फिर के आई है ना इधर सबर इधर देखो जी 12 बज गए कुड़ी के सोई थी 11 बजे 12 बजे जाते चलो बाय बाय सो गई है।